ਅੱਗੇ ਦੋਸਤ ਅਸੀਂ ਜਿੱਤਾਂ ਜਿੱਤ ਚੁੱਕੇ ਹਾਂ, ਪਹਿਲੇ ਬਾਦਲ ਕਿਆ ਨਹੀਂ ਪਿੱਠ ਲਵਾਈ, ਫਿਰ ਅਮਰਿੰਦਰ ਦੀ ਲਾਤੀ ਆ, ਅਤੇ ਮੋਦੀ ਦਾ ਸਾਡੇ ਬਾਏ ਹੱਥ ਦਾ ਕੰਮ ਆ। ਕੱਲ੍ਹ ਵੀ ਜਿਹੜਾ ਆ ਫਾਰਮ ਨੂੰ ਜਿਹੜੀ ਗੱਡੀ ਆਈ ਸੀ ਉਹਨੂੰ ਘਿਰਿਆ ਗਿਆ, ਲੱਗਦਾ ਜਿੱਤ ਜਾਵਾਂਗੇ। ਜਿੱਤਾਂਗੇ ਜੀ, ਜ਼ਰੂਰ ਜਿੱਤ ਕੇ ਉੱਠਣਾ ਅਸੀਂ। ਵੀ ਅੱਗੇ ਉਹਦਾ ਕਿਤੇ ਉਹ ਕਸ਼ਮੀਰ ਨਾਲ ਹੱਥ ਲੱਗਾ ਸੀ, ਅਸੀਂ ਉਹਨੂੰ ਹਲੇ ਵੀ ਬੇਨਤੀ ਕਰਦੇ ਹਾਂ, ਇਹ ਅੱਗੇ 84 ਵਾਲਾ ਦੰਗਾ ਨਾ ਪੰਜਾਬ 'ਚ ਬਣ ਜੇ, ਸਾਡੇ ਬੱਚਿਆਂ ਦਾ ਉਹ ਘਾਣ ਨਾ ਕਰ ਦੇਵੇ, ਪਰ ਇਹ ਜਿਹੜੀ ਸਿੱਖ ਕੌਮ ਆ ਪਿੱਛੇ ਹਟਣ ਵਾਲੀ ਨੇ। ਸੈਂਟਰ ਸਰਕਾਰ ਨੇ, ਮੋਦੀ ਨੇ ਇੱਥੋਂ ਤੱਕ ਕਹਿਤਾ ਕਿ ਜੋ ਮਰਜ਼ੀ ਕਰ ਲੈਣ ਪੰਜਾਬ ਵਾਲੇ ਕਰ ਲੈਣ ਜਾਂ ਹੋਰ ਵੀ ਕਿਸਾਨ, ਅਸੀਂ ਪਿੱਛੇ ਨਹੀਂ ਹਟਣਾ, ਬਿੱਲ ਪਾਸ ਜਿਹੜੇ ਹੋ ਚੁੱਕੇ ਨੇ ਉਹ ਹੁਣ ਵਾਪਸ ਨਹੀਂ ਹੋਣਗੇ। ਤਾਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਜਿਹੜੇ ਵਰਕਰ ਨੇ ਉਹ ਇੱਥੇ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਤਾਂ ਅੱਜ ਜਿਹੜਾ ਆ ਇੱਥੇ ਧਰਨੇ ਦੇ ਵਿੱਚ ਪਹੁੰਚੇ ਹੋ, ਲਗਾਤਾਰ ਪਿਛਲੇ 25 ਦਿਨਾਂ ਤੋਂ ਧਰਨਾ ਚੱਲ ਰਿਹਾ, ਕੱਲ੍ਹ ਵੀ ਜਿਹੜਾ ਆ ਫਾਰਮ ਨੂੰ ਜਿਹੜੀ ਗੱਡੀ ਆਈ ਸੀ ਉਹਨੂੰ ਘਿਰਿਆ ਗਿਆ, ਲੱਗਦਾ ਜਿੱਤ ਜਾਵਾਂਗੇ। ਹਾਂਜੀ ਜਿੱਤਾਂਗੇ, ਜਿੱਤਾਂਗੇ ਜੀ, ਜ਼ਰੂਰ ਜਿੱਤ ਕੇ ਉੱਠਣਾ ਅਸੀਂ। ਕੱਲ੍ਹ ਵੀ ਜਿਹੜੀ ਗੱਡੀ ਘਿਰੀ ਗਈ ਸੀ, ਕਿਤੇ ਨਾ ਕਿਤੇ ਪ੍ਰਸ਼ਾਸਨ ਨੇ ਬਿਜਲੀ ਪਾਣੀ ਵੀ ਜਿਹੜਾ ਆ ਬੰਦ ਕਰਤਾ ਸੀ, ਲਾਈਨ ਦੇ ਉੱਤੇ ਰੇਲਵੇ ਸਟੇਸ਼ਨ ਦੇ ਉੱਤੇ ਜਿਹੜੀ ਬਿਜਲੀ ਪਾਣੀ ਬੰਦ ਕਰ ਦਿੱਤਾ ਸੀਗਾ, ਕੀ ਲੱਗਦਾ ਵੀ ਪ੍ਰਸ਼ਾਸਨ ਜਿਹੜਾ ਆ ਦਬਾਅ ਬਣਾ ਰਿਹਾ, ਪ੍ਰਸ਼ਾਸਨ ਵੀ ਕਿਤੇ ਨਾ ਕਿਤੇ ਸੈਂਟਰ ਸਰਕਾਰ ਦੇ ਉੱਤੇ ਵੀ ਦਬਾਅ ਬਣ ਚੁੱਕਿਆ। ਸੈਂਟਰ ਸਰਕਾਰ ਨੇ, ਮੋਦੀ ਨੇ ਇੱਥੋਂ ਤੱਕ ਕਹਿਤਾ ਕਿ ਜੋ ਮਰਜ਼ੀ ਕਰ ਲੈਣ ਪੰਜਾਬ ਵਾਲੇ ਕਰ ਲੈਣ ਜਾਂ ਹੋਰ ਵੀ ਕਿਸਾਨ, ਅਸੀਂ ਪਿੱਛੇ ਨਹੀਂ ਹਟਣਾ, ਬਿੱਲ ਪਾਸ ਜਿਹੜੇ ਹੋ ਚੁੱਕੇ ਨੇ ਉਹ ਹੁਣ ਵਾਪਸ ਨਹੀਂ ਹੋਣਗੇ। ਕੀ ਲੱਗਦਾ ਵੀ ਸੈਂਟਰ ਸਰਕਾਰ ਜਦੋਂ ਇੱਥੋਂ ਤੱਕ ਕਹਿ ਰਹੀ ਆ ਵੀ ਬਿੱਲ ਵਾਪਸ ਨਹੀਂ ਹੋਣਗੇ, ਪਰ ਮਤਲਬ ਲੱਗਦਾ ਵੀ ਪਿੱਛੇ ਹਟੂਗੀ? ਪਿੱਛੇ ਪਿੱਛੇ ਹਟਾਂਗੇ ਜੀ, ਲਾਜ਼ਮੀ ਕਰਕੇ ਹਟਾਂਗੇ, ਜਿੱਤ ਕੇ ਹਟਾਂਗੇ। ਇਹ ਬੰਸ ਦਸਵੇਂ ਪਾਤਸ਼ਾਹ ਨੇ ਸਾਜੀ ਹੋਈ ਬੰਸ ਆ, ਪੰਜਾਬ ਉਹ ਪੰਜਾਬ ਆ ਜੋ ਸੂਰਮਿਆਂ ਦਾ ਪਹਿਲਾਂ ਤੋਂ ਆ। ਸਾਡੇ ਇਹ ਪਰ ਤੁਸੀਂ ਕਹਿੰਦੇ ਆਟਾ ਪਾਣੀ ਬੰਦ ਕਰ ਦੇਵੇ, ਉਹ ਸਾਡੇ ਸਾਹ ਵੀ ਬੰਦ ਕਰ ਦੇਵੇ, ਪਰ ਜਿਸ ਅਸੀਂ ਇਹ ਸੰਘਰਸ਼ 'ਤੇ ਖੜ ਚੁੱਕੇ ਹਾਂ ਉਹ ਸਾਡਾ ਬੱਚਾ ਬੱਚਾ ਕੋਈ ਕੁਰਬਾਨੀ ਦੇਣ ਨੂੰ ਤਿਆਰ ਆ, ਅਸੀਂ ਹਰ ਹੱਲੇ ਦੇਣ ਨੂੰ ਤਿਆਰ ਹਾਂ। ਹੁਣ ਤਾਂ ਸਾਡੇ ਨਾਲ ਮਾਈਆਂ ਤੁਰ ਪਈਆਂ, ਉਹ ਮਾਈਆਂ ਜਿਹੜੀਆਂ ਪਿਛਲੇ ਇਤਿਹਾਸ ਪੋੜ ਕੇ ਪਾਉਣ, ਮੋਦੀ ਭੁੱਲ ਜੇ ਕਿ ਅਸੀਂ ਹੁਣ ਬੇੜਾ ਵੀ ਪੰਨੇ ਨਹੀਂ ਲੱਗਣਾ। ਉਹਦੀਆਂ ਅੱਗੇ ਦੋਸਤ ਅਸੀਂ ਜਿੱਤਾਂ ਜਿੱਤ ਚੁੱਕੇ ਹਾਂ, ਪਹਿਲੇ ਬਾਦਲ ਕਿਆ ਨਹੀਂ ਪਿੱਠ ਲਵਾਈ, ਫਿਰ ਅਮਰਿੰਦਰ ਦੀ ਲਾਤੀ ਆ, ਅਤੇ ਮੋਦੀ ਦਾ ਸਾਡੇ ਬਾਏ ਹੱਥ ਦਾ ਕੰਮ ਆ। ਜਿੱਦਾਂ ਸਾਡਾ ਇੱਧਰੋਂ ਹੋ ਲੈਂਦਾ ਮਾੜਾ ਜਿਹਾ, ਬੀਬੀਆਂ ਸਾਡੇ ਨਾਲ ਤਿਆਰ ਪਰ ਤਿਆਰ ਆ, ਅਸੀਂ ਉਹਨੂੰ ਅਵੱਛ ਅਸੀਂ ਸਾਨੂੰ ਇੰਨਾ ਹੋ ਚੁੱਕਾ ਸਾਨੂੰ ਕਿ ਅਸੀਂ ਅੱਧੀ ਜਾਣ ਜਿੱਤ ਚੁੱਕੇ ਹਾਂ। ਪਰ ਮੋਦੀ ਭੁੱਲ ਜੇ ਵੀ ਅੱਗੇ ਉਹਦਾ ਕਿਤੇ ਉਹ ਕਸ਼ਮੀਰ ਨਾਲ ਹੱਥ ਲੱਗਾ ਸੀ, ਅਸੀਂ ਉਹਨੂੰ ਹਲੇ ਵੀ ਬੇਨਤੀ ਕਰਦੇ ਹਾਂ, ਇਹ ਅੱਗੇ 84 ਵਾਲਾ ਦੰਗਾ ਨਾ ਪੰਜਾਬ 'ਚ ਬਣ ਜੇ, ਸਾਡੇ ਬੱਚਿਆਂ ਦਾ ਉਹ ਘਾਣ ਨਾ ਕਰ ਦੇਵੇ, ਪਰ ਇਹ ਜਿਹੜੀ ਸਿੱਖ ਕੌਮ ਆ ਪਿੱਛੇ ਹਟਣ ਵਾਲੀ ਨਹੀਂ। ਤਾਂ ਕਿਤੇ ਨਾ ਕਿਤੇ ਇਹ ਗੱਲ ਆਖੇ ਦਿੱਤੀ ਜਾਂਦੀ ਆ ਕਿ ਪੰਜਾਬੀ ਕਹਿੰਦੇ ਆ ਕਿ ਅਸੀਂ ਜਿਹੜਾ ਆ ਪਿੱਠ ਲਵਾ ਦਿਆਂਗੇ ਮੋਦੀ ਦੀ। ਹੁਣ ਵੀ ਜਿਹੜਾ ਦੇਖਿਆ ਕਿ ਬੱਚੇ ਪੰਜਾਬ ਦੇ ਨੌਜਵਾਨ ਜ਼ਾਲਮਾਂ ਦੇ ਖਿਲਾਫ਼ ਖੜ੍ਹਦੇ ਆਏ ਆ, ਅੱਜ ਵੀ ਅਸੀਂ ਜਿਹੜਾ ਆ ਪੰਜਾਬ ਜਿਹੜਾ ਸੈਂਟਰ ਦੇ ਖਿਲਾਫ਼ ਖੜ੍ਹਿਆ, ਪੰਜਾਬ ਦਾ ਕਹਿਣਾ ਕਿਤੇ ਨਾ ਕਿਤੇ ਮਾਨਸਿਕਤਾ ਉਹੀ ਆ, ਚਿਹਰੇ ਬਦਲੇ ਨੇ ਹਾਕਮਾਂ ਦੇ, ਪਹਿਲਾਂ ਅਬਦਾਲੀ ਵਰਗੇ ਔਰੰਗਜ਼ੇਬ ਵਰਗੇ ਹੁੰਦੇ ਸੀ, ਅੱਜ ਮੋਦੀ ਆ ਗਿਆ, ਠੀਕ ਹੈ। ਤਾਂ ਅੱਜ ਵੀ ਬੱਚੇ ਜਿਹੜਾ ਆ ਮੋਦੀ ਦੀ ਫੋਟੋ ਦੇ ਉੱਤੇ ਛਿੱਤਰ ਮਾਰ ਰਹੇ ਨੇ, ਪੰਜਾਬ ਦੇ ਜਵਾਨ ਜਿਹੜੇ ਆ, ਪੰਜਾਬ ਦੇ ਜਵਾਨ ਪਹਿਲਾਂ ਹਾਕਮਾਂ ਮੂਹਰੇ ਖੜ੍ਹਦੇ ਸੀ, ਅੱਜ ਵੀ ਖੜ੍ਹੇ ਨੇ, ਕੀ ਲੱਗਦਾ ਪੰਜਾਬ ਦੇ ਜਵਾਨ ਜਿੱਤ ਜਾਣਗੇ? ਦੇਖੋ ਜੀ, ਜਵਾਨਾਂ 'ਚ ਇੰਨਾ ਜੋਸ਼ ਆ, ਹਲੇ ਤਾਂ ਉਹ ਉਹਦਾ ਸਤਿਕਾਰ ਕਰਦੇ, ਸਾਨੂੰ ਕਰਨਾ ਵੀ ਚਾਹੀਦਾ ਕਿ ਉਹ ਪ੍ਰਧਾਨ ਮੰਤਰੀ ਆ, ਪਰ ਉਹਨੂੰ ਇੰਨਾ ਸ਼ਿਵ ਸੈਨਾ ਦਾ ਨਸ਼ਾ ਹੋ ਚੁੱਕਾ, ਉਹ ਜਿਹੜੇ ਚਾਹੁੰਦਾ ਵੀ ਅਸੀਂ ਹਿੰਦੂਆਂ ਨੂੰ ਮੁਸਲਮਾਨਾਂ ਨੂੰ ਇੱਕ ਕਰ ਦਿਆਂਗੇ, ਇਹ ਕਦੇ ਨਹੀਂ ਹੋ ਚੁੱਕਦਾ। ਪਿਛਲੇ ਉਹਨੂੰ ਫਿਰ ਅਸੀਂ ਦੁਹਰਾਉਂਦੇ ਹਾਂ ਵੀ ਆਪਦੇ ਇਤਿਹਾਸ ਪੜ੍ਹ ਕੇ ਵੇਲੇ ਉਹ ਆਪਦੇ ਮੁਲਕ ਦਾ ਸਾਡੇ ਪੰਜਾਬ ਦਾ ਉਹ ਘਾਣ ਨਾ ਕਰੇ, ਜੇ ਆਰਡੀਨੈਂਸ ਆ ਜਿੰਨਾ ਚਿਰ ਅਸੀਂ ਉਹ ਜਿਉਂਦੇ ਹਾਂ ਅਸੀਂ ਉਹਨੂੰ ਵਾਪਸ ਕਰਾ ਕੇ ਰਵਾਂਗੇ। ਕਿਤੇ ਨਾ ਕਿਤੇ ਕਹਿ ਦਿੱਤਾ ਜਾਂਦਾ, ਅਸੀਂ ਕਿਹਾ ਕਿ ਪੰਜਾਬ ਦੇ ਲੋਕ ਕਹਿੰਦੇ ਅਸੀਂ ਪਿੱਠ ਲਵਾ ਦਿਆਂਗੇ, ਪਰ ਇੱਕ ਗੱਲ ਦੇਖਣ ਨੂੰ ਮਿਲਦੀ ਆ ਕਿ ਬਹੁਮਤ ਵੋਟ ਜੇ ਗੱਲ ਕਰ ਲਈਏ, ਬਹੁਮਤ ਵੋਟ ਜਿਹੜੀ ਆ ਉਹ ਬੀਜੇਪੀ ਦੇ ਨਾਲ ਆ। ਕੀ ਲੱਗਦਾ ਵੀ ਬਹੁਮਤ ਵੋਟ ਜੇ ਉਹਨਾਂ ਕੋਲ ਆ ਫਿਰ ਵੀ ਅਸੀਂ ਜਿਹੜਾ ਆ ਵੀ ਉਹਨਾਂ ਦੀ ਹਾਰ ਯਕੀਨਨ ਹੋਊਗੀ? ਇੱਕ ਪਾਸੇ ਤਾਂ ਪ੍ਰਧਾਨ ਮੰਤਰੀ ਕਹਿ ਰਹੇ ਆ ਕਿ ਬੇਸ਼ੱਕ ਪੰਜਾਬ ਦੇ ਜਿਹੜੇ ਕਿਸਾਨ ਨੇ ਪ੍ਰੋਟੈਸਟ ਕਰ ਰਹੇ ਨੇ, ਪਰ ਜਿਹੜਾ ਆ ਇਹ ਬਿੱਲ ਵਾਪਸ ਨਹੀਂ ਹੋਣਗੇ। ਦੇਖੋ ਜੀ, ਪਹਿਲਾਂ ਅੱਗੇ ਅਸੀਂ ਪਹਿਲੀ ਵਾਰ ਜਦੋਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਿਆ ਉਦੋਂ ਵੀ ਇਹ ਸਾਨੂੰ ਲੋਕਾਂ ਨੂੰ ਕਈਆਂ ਨੂੰ ਨਹੀਂ ਪਤਾ ਸੀਗਾ ਵੀ ਇਹ ਸਾਡੇ ਨਾਲ ਇਹ ਬੰਚਾਲੀਆਂ ਕਰੂਗਾ, ਡਾਨੀ ਬਾਨੀ ਹੋਣਾ ਰਲ ਕੇ ਮਸ਼ੀਨਾਂ 'ਚ ਹੇਰਾ ਫੇਰੀਆਂ ਕਰੀਤੀਆਂ ਨੇ। ਅੱਜ ਤਾਈਂ ਕੋਈ ਇਤਿਹਾਸ ਨਹੀਂ ਵੀ ਇਹਨੂੰ ਇੰਨਾ ਬਹੁਮਤ ਮਿਲਿਆ, ਮੈਂ ਤੁਹਾਡਾ ਪਹਿਲਾਂ ਇਹ ਜਵਾਬ ਦਿੰਦਾ। ਅੱਜ ਤਾਈਂ ਜਿਉਂ ਆਪਣਾ ਕਿੰਨੇ ਸਾਲ ਹੋ ਗਏ ਆ, ਅੱਜ ਤਾਈਂ ਇੰਨਾ ਬਹੁਮਤ ਹੀ ਨਹੀਂ ਮਿਲਿਆ। ਅਸੀਂ ਬਹਿਦੇ ਨਾ ਆਨੇ ਆ ਵੀ ਜੋ ਇਹਨੇ ਚਾਲ ਖੇਡੀ ਮਸ਼ੀਨਾਂ ਦੇ ਵਿੱਚ ਅਡਾਨੀਆਂ ਬਾਨੀਆਂ ਨਾਲ ਰਲ ਕੇ ਜੋ ਚਾਲ ਕੀਤੀ ਸੀ, ਹੁਣ ਇਹ ਭੁੱਲ ਜੇ ਇਹਨੂੰ ਆਹ ਹੀ ਗੁਜਰਾਤ 'ਚ ਪਤਾ ਲੱਗ ਜੂ, ਮਹਾਰਾਸ਼ਟਰ 'ਚ ਜੋ ਵੋਟਾਂ ਦੁਆਰੇ ਪੈ ਕੇ ਪੰਜਾਬ 'ਚ ਆ ਜਾਣਗੀਆਂ, ਇਹਨੂੰ ਪਤਾ ਲੱਗ ਜੂ ਕਿੰਨਾ ਕਾ। ਅਸੀਂ ਇਹਨੂੰ ਫਿਰ ਵੀ ਕਹਿੰਦੇ ਹਾਂ ਬਈ
ਪੰਜਾਬ ਦਾ ਕਾਣ ਆ ਜੋ ਉਹਨੂੰ ਬੰਦ ਕਰ ਦੇਵੇ, ਜੋ ਕਿਸਾਨੀ ਆ, ਜੋ ਮਜ਼ਦੂਰ ਆ, ਨਿੱਕੇ ਤੋਂ ਵੱਡਾ ਲੈ ਕੇ ਸਾਰਾ ਖੇਤੀ ਦਾ ਉਹ ਚੱਲਿਆ ਹੋਇਆ। ਇਹ ਬਾਹਰਲੇ ਮੁਲਕਾਂ ਵਾਲੇ ਭੁੱਲ ਜਾਵੇ ਵੀ ਜਿਵੇਂ ਅਮਰੀਕਾ ਸੀ, ਇਹਨੇ ਅਮਰੀਕਾ ਦੀ ਸ਼ਹਿਰ 'ਤੇ ਕਰ ਰਿਹਾ, ਅਮਰੀਕਾ 'ਚ ਕਿਹੜਾ ਕਾਮਯਾਬ ਹੋਏ, ਉੱਥੇ 400-500 ਕਿੱਲਾ ਵਾ, ਇੱਥੇ ਸਿਰਫ 2 ਜਾਂ 3 ਕਿੱਲੇ ਵਾਲੇ ਆ। ਇਹਨਾਂ ਦਾ ਕਹਿਣਾ ਕਿਤੇ ਨਾ ਕਿਤੇ ਜਿਹੜੀ ਬਹੁਮਤ ਮੋਦੀ ਨੂੰ ਮਿਲ ਜਾਂਦੀ ਹੈ ਤਾਂ ਉਹ ਬਹੁਮਤ ਜਿਹੜੀ ਆ EVM ਦੇ ਵਿੱਚ ਗੜਬੜ ਕਰਕੇ ਮਿਲਦੀ ਆ। ਇਹਨਾਂ ਦਾ ਕਹਿਣਾ ਪੰਜਾਬ ਨੂੰ ਜਿਹੜਾ ਆ ਜਿਸ ਲੀਹ ਦੇ ਉੱਤੇ ਧੱਕਿਆ ਜਾ ਰਿਹਾ, ਮਨੂਵਾਦ ਦੀ ਨੀਤੀ ਜਿਹੜੀ ਆ ਥੋਪੀ ਜਾ ਰਹੀ ਆ, ਉਹ ਹਰਗਿਜ਼ ਜਿਹੜਾ ਆ ਪੰਜਾਬ ਦੇ ਪੁੱਤ ਥੋਪਣ ਨਹੀਂ ਦੇਣਗੇ ਅਤੇ ਪੰਜਾਬ ਜਿਹੜਾ ਆ ਜ਼ਰੂਰ ਜਿੱਤੂਗਾ।